ਮੈਨੂੰ ਵਿੱਤ ਮੰਤਰੀ ਬਿਲ ਮਰਨੋ ਤੇ ਪੂਰਾ ਭਰੋਸਾ ਹੈ। ਬੇਸ਼ੱਕ ਉਹਨਾਂ ਦੇ ਅਸਤੀਫੇ ਦੀ ਮੰਗ ਤੇਜ਼ ਹੋ ਰਹੀ ਹੈ ਤੇ ਕੈਬਨਿਟ ਦੇ ਵਿੱਚ ਉਹਨਾਂ ਦਾ ਸਮਾਂ ਥੋੜਾ ਹੀ ਰਹਿ ਗਿਆ ਹੈ। ਇਹ ਕਹਿਣਾ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ। ਬਿਆਨ ਉਹਨਾਂ ਦਿੱਤਾ ਹੈ ਕਿਉਂਕਿ ਵੀ ਚੈਰਿਟੀ ਵਿਵਾਦ ਦੇ ਵਿੱਚ ਲਗਾਤਾਰ ਵਿੱਤ ਮੰਤਰੀ ਬਿਲ ਮਰਨੋ ਦੇ ਅਸਤੀਫੇ ਦੀ ਵੀ ਮੰਗ ਹੁਣ ਜ਼ੋਰ ਫੜ ਰਹੀ ਹੈ। ਮਰਨੋ ਦੀ ਹਮਾਇਤ ਦਾ ਵੀ ਇਹ ਦਾਅਵਾ ਪ੍ਰਧਾਨ ਮੰਤਰੀ ਦਫ਼ਤਰ ਦੇ ਵੱਲੋਂ ਜਾਰੀ ਇੱਕ ਬਿਆਨ ਦੇ ਵਿੱਚ ਸਾਹਮਣੇ ਆਇਆ, ਜਿਸ ਦੇ ਵਿੱਚ ਕੈਬਨਿਟ ਦੇ ਵਿੱਚ ਫੇਰ ਬਦਲ ਹੋਣ ਦੀਆਂ ਜੋ ਅਟਕਲਾਂ ਵੀ ਹੈ ਉਹ ਲਗਾਈਆਂ ਜਾ ਰਹੀਆਂ ਨੇ, ਕਿਉਂਕਿ ਲਗਾਤਾਰ ਵੀ ਚੈਰਿਟੀ ਵਿਵਾਦ ਸੰਸਦ ਹਿੱਲ ਦੇ ਵਿੱਚ ਪਨਪ ਰਿਹਾ ਹੈ। ਪੀਐਮਓ ਦੇ ਬੁਲਾਰੇ ਅਲੈਕਸ ਵੈਸਟਡ ਨੇ ਆਖਿਆ ਕਿ ਪ੍ਰਧਾਨ ਮੰਤਰੀ ਨੂੰ ਵਿੱਤ ਮੰਤਰੀ ਦੇ ਵਿੱਚ ਪੂਰਾ ਭਰੋਸਾ ਹੈ ਤੇ ਇਸ ਸੰਬੰਧ ਦੇ ਵਿੱਚ ਕੋਈ ਵੀ ਹੋਰ ਬਿਆਨ ਗਲਤ ਹੈ। ਬਿਆਨ ਦੇ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਜਾਣਦੇ ਨੇ ਕਿ ਮੰਤਰੀ ਮਰਨਿਓ ਤੇ ਕੈਬਨਿਟ ਮੰਤਰੀਆਂ ਦੀ ਸਮੁੱਚੀ ਟੀਮ ਕੈਨੇਡੀਅਨਾਂ ਨੂੰ ਮਹਾਮਾਰੀ ਦੇ ਵਿੱਚੋਂ ਸਹੀ ਸਲਾਮਤ ਬਾਹਰ ਕੱਢਣ ਦੇ ਵਿੱਚ ਲੱਗੀ ਹੋਈ ਹੈ। ਸੋਮਵਾਰ ਨੂੰ ਮੀਡੀਆ ਦੇ ਵੱਲੋਂ ਨਸ਼ਰ ਕੀਤੀਆਂ ਗਈਆਂ ਖਬਰਾਂ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਮਹਾਮਾਰੀ ਦੇ ਵਿੱਚ ਕੈਨੇਡੀਅਨ ਅਰਥਚਾਰੇ ਨੂੰ ਸਹੀ ਸਲਾਮਤ ਬਾਹਰ ਕੱਢਣ ਦੇ ਲਈ ਟਰੂਡੋ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਤੋਂ ਵੀ ਸਲਾਹ ਲੈ ਰਹੇ ਨੇ। ਇਸ ਦੇ ਨਾਲ ਹੀ ਇਹਨਾਂ ਕਿਆਸਰਾਈਆਂ ਨੂੰ ਵੀ ਸ਼ੈ ਮਿਲ ਰਹੀ ਹੈ ਕਿ ਕਿਸੇ ਕਾਰਨਾਂ ਨੂੰ ਮਰਨਿਓ ਦੇ ਬਦਲ ਦੇ ਵਜੋਂ ਤਾਂ ਨਹੀਂ ਵੇਖਿਆ ਜਾ ਰਿਹਾ। ਦੂਜੇ ਪਾਸੇ ਵੀ ਚੈਰਿਟੀ ਵਿਵਾਦ ਦੇ ਸੰਬੰਧ ਦੇ ਵਿੱਚ ਐਥਿਕਸ ਕਮੇਟੀ ਸਾਹਮਣੇ 22 ਜੁਲਾਈ ਨੂੰ ਪੇਸ਼ ਹੋਣ ਤੋਂ ਬਾਅਦ ਮਰਨੋ ਸਭ ਦੇ ਸਾਹਮਣੇ ਘਾਟੀ ਆ ਰਹੇ ਨੇ। ਫਿਲਹਾਲ ਇੱਕ ਪਾਸੇ ਮਰਨੋ ਦੇ ਫੇਰਬਦਲ ਦੇ ਵਿੱਚ ਕਿਹੜਾ ਦੂਜਾ ਚਿਹਰਾ ਇਸ ਲਈ ਹੋਵੇਗਾ, ਇਸ ਦੇ ਉੱਤੇ ਨਜ਼ਰਾਂ ਟਿੱਕੀਆਂ ਨੇ। ਹਾਲਾਂਕਿ ਪ੍ਰਧਾਨ ਮੰਤਰੀ ਟਰੂਡੋ ਦੇ ਬਿਆਨ ਨੇ ਕੈਬਨਿਟ ਦੇ ਵਿੱਚ ਕੋਈ ਵੀ ਫੇਰਬਦਲ ਹੋਣ ਦੀਆਂ ਅਟਕਲਾਂ ਤੋਂ ਵਿਰਾਮ ਚਿੰਨ੍ਹ ਲਗਾ ਦਿੱਤਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।